ਹਵਾ ਵਿੱਚ ਉੱਡਦੀ ਫਿਰਾਂ ਕਾਫੀ ਇੰਟਰਸਟਿੰਗ ਤੇ ਕਾਫੀ ਮੁਸ਼ਕਲ ਗਾਣਾ ਸੀ ਸ਼ੂਟ ਕਰਨ ਲਈ। ਇੰਟਰਸਟਿੰਗ ਇਸ ਲਈ ਸੀਗਾ ਕਿਉਂਕਿ ਮੁਸ਼ਕਲ ਸੀਗਾ। ਉਹ ਵਧੀਆ ਲੱਗਾ ਮੈਨੂੰ ਕਿ ਇੱਕ ਪਿੰਡ ਦੇ ਵਿੱਚ ਤੁਸੀਂ ਸੁਪਰ ਹੀਰੋ ਉੜਿਆ ਫਿਰਦਾ, ਵਧੀਆ ਲੱਗੀ ਗੱਲ ਮੈਨੂੰ। ਪਹਿਲੀ ਵਾਰੀ ਮੈਂ ਹਾਰਨੈਸ ਪਾਇਆ, ਇਸ ਤੋਂ ਪਹਿਲਾਂ ਨਾ ਮੈਂ ਕਦੇ ਐਕਸ਼ਨ ਕੀਤਾ, ਨਾ ਮੈਂ ਇੱਦਾਂ ਦਾ ਕੋਈ ਗਾਣਾ ਕੀਤਾ ਜਿਹਦੇ ਵਿੱਚ ਹਾਰਨੈਸ ਦੀ ਲੋੜ ਪਵੇ। ਸੋ ਉਹਦੇ ਲਈ ਬਹੁਤ ਕੁਛ ਬਣਨਾ ਪੈਂਦਾ ਔਨ ਯੋਰ ਵੇਸਟ ਐਂਡ ਦੈਨ ਯੂ ਹੈਵ ਟੂ ਵੇਅਰ ਇਟ। ਅਗਰ ਮੈਂ ਹੱਥ ਛੋੜ ਵੀ ਦੂੰ ਹਵਾ ਮੇਂ ਕੁਛ ਐਸਾ ਉਲਟੀ ਤੋ ਆਪ ਉਲਟਾ ਵੀ ਹੋ ਸਕਦਾ, ਤੂੰ ਵੀ ਨਹੀਂ ਗਿਰੇਗਾ। ਨਹੀਂ 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 ਗਿਰਨੇ ਕੀ ਨਹੀਂ, ਉਲਟਾ ਨਹੀਂ ਹੋਣਾ ਮੁਝਕੋ। ਪਹਿਲਾਂ ਆਈਡੀਆ ਇਹੀ ਸੀਗਾ, ਹਵਾ ਵਿੱਚ ਉੱਡਦੀ ਫਿਰੇ ਸੋਹਣੀਏ ਤੈਨੂੰ ਪਿਆਰ ਉਡਾਉਂਦਾ ਮੇਰਾ। ਉਹ ਪਹਿਲਾਂ ਉਹ ਵੀ ਸੁਪਰ ਹੀਰੋ ਦੀ ਕੋਸਟਿਊਮ 'ਚ ਕਰਨਾ ਸੀ, ਲਾਸਟ ਮਿੰਟ ਤੱਕ ਉਹਦੇ 'ਚ ਚੇਂਜਸ ਹੁੰਦੀਆਂ ਹੋ ਰਹੀਆਂ ਸੀਗੀਆਂ, ਸੋ ਕੋਸਟਿਊਮ ਸੈੱਟ ਨਹੀਂ ਸੀ, ਇਸ ਕਰਕੇ ਅਸੀਂ ਦੂਜੇ ਕੱਪੜਿਆਂ 'ਚ ਕੀਤਾ। ਮਹਾਰਾਜ ਨੇ ਬੜਾ ਭਲਾ ਕੀਤਾ, ਦੂਜੇ ਕੱਪੜੇ 'ਚ ਹੋ ਗਏ। ਗਾਣੇ 'ਤੇ ਇੰਟਰਸਟਿੰਗ ਗੱਲ ਇਹ ਆ ਵੀ ਤੁਸੀਂ ਤੁਹਾਡੇ ਜਿਹੜੇ ਦੋ ਕੈਰੇਕਟਰ ਆ, ਜਿਹੜਾ ਹੀਰੋ ਔਰ ਹੀਰੋਇਨ ਆ, ਉਹਨਾਂ ਨੂੰ ਗਾਣੇ 'ਚ ਵਿੱਚ ਤੁਸੀਂ ਉੜਦੇ ਹੋਏ ਦਿਖਾਇਆ। ਉੱਡਣ ਵਾਲੀ ਫੀਲ ਵੀ ਰੱਖਣੀ ਹੈ ਤੁਸੀਂ, ਤਾਂ ਕਿ ਇਹ ਨਾ ਲੱਗੇ ਵੇਖਣ ਵਾਲੇ ਨੂੰ ਕਿ ਅੱਛਾ ਇਹਨਾਂ ਨੂੰ ਟੰਗਿਆ ਹੋਇਆ ਤਾਂ ਇੱਦਾਂ ਹੋਇਆ। ਇੰਨੀ ਜ਼ਿਆਦਾ ਗਰਮੀ ਸੀ ਉਸ ਟਾਈਮ ਪੰਜਾਬ ਦੇ ਵਿੱਚ ਜਦੋਂ ਅਸੀਂ ਇਹ ਗਾਣਾ ਸ਼ੂਟ ਕੀਤਾ ਹੈ। ਇਟ ਵਾਜ਼ ਡਿਫੀਕਲਟ, ਬਟ ਆਈ ਥਿੰਕ ਜਦੋਂ ਉੱਪਰ ਲੈ ਕੇ ਜਾਂਦੇ ਆ ਐਂਡ ਦੈਨ ਯੂ ਆਰ ਮੂਵਿੰਗ ਇਨ ਦੀ ਏਅਰ, ਇਟਸ ਅ ਲੋਟ ਆਫ ਫਨ। ਉਹ ਸਾਡੇ ਪਰਾਂ ਤੇ ਉੱਡੀ ਫਿਰ ਬੱਲੀਏ, ਉਹ ਸਾਡਿਆਂ ਪਰਾਂ ਤੇ ਉੱਡੀ ਫਿਰ ਬੱਲੀਏ, ਛੱਡੀ ਹੱਥ ਨਾ ਹੱਥਾਂ ਦੇ ਵਿੱਚੋਂ ਮੇਰਾ। ਹਾਂ, ਮੈਨੂੰ ਖੂਹ ਤੋਂ ਵੀ ਡਰ ਲੱਗਦਾ ਜੀ, ਕਈ ਚੀਜ਼ਾਂ ਨੂੰ ਡਰ ਲੱਗਦਾ, ਖੂਹ ਤੋਂ ਵੀ ਡਰ ਲੱਗਦਾ ਜੀ। ਉਹ ਥੱਲੇ ਖੂਹ ਇੱਕ ਵਾਰ ਮੈਂ ਸੁਣਿਆ ਸੀ, ਕੋਈ ਡਿੱਗ ਪਿਆ ਸੀ ਸਾਡੇ, ਉਹ ਮੇਰੇ ਮੈਮਰੀ 'ਚ ਤੇ ਆ ਜਾਂਦੀ ਮੈਨੂੰ। ਤਾਂ ਮੈਂ ਔਰ ਦਿਲਜੀਤ ਇੰਨੇ ਜ਼ਿਆਦਾ ਡਰੇ ਹੋਏ ਸੀ, ਬਟ ਦੈਨ ਵੀ ਹੈਡ ਨੋ ਚੋਇਸ, ਵੀ ਵਾਸ ਸਮਾਈਲਿੰਗ ਐਂਡ ਵੈਰੀ ਹੈਪੀ।